ਇਹਨਾਂ ਤਸਵੀਰਾਂ ਨੂੰ ਜ਼ਰਾ ਧਿਆਨ ਦੇ ਨਾਲ ਵੇਖੋ ਕਿਸ ਤਰੀਕੇ ਦੇ ਨਾਲ ਇਹਨਾਂ ਸਨੈਚਰਾਂ ਦੇ ਵੱਲੋਂ ਮਹਿਲਾ ਤੋਂ ਪਰਸ ਖੋਇਆ ਗਿਆ, ਜਿਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਜਿਵੇਂ ਹੀ ਇਹਨਾਂ ਦੇ ਵੱਲੋਂ ਮਹਿਲਾ ਤੋਂ ਪਰਸ ਖੋਇਆ ਗਿਆ ਤਾਂ ਇਹ ਮਹਿਲਾ ਜ਼ਮੀਨ ਤੇ ਡਿੱਗਦੀ ਹੈ, ਜਿਸ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਤਾਂ ਤੁਹਾਨੂੰ ਦੱਸ ਦਈਏ ਕਿ ਵਾਰਦਾਤ ਡੇਰਾ ਬੱਸੀ ਦੇ ਵਿੱਚ ਦਿਨ ਦਿਹਾੜੇ ਹੋਈ ਹੈ, ਜਿੱਥੇ ਸਨੈਚਰਾਂ ਦੇ ਵੱਲੋਂ ਇਸ ਮਹਿਲਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ਤੋਂ ਬੈਗ ਖੋਇਆ ਗਿਆ, ਜਿਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਦੱਸ ਦਈਏ ਕਿ ਜਿਵੇਂ ਹੀ ਇਹ ਸੂਚਨਾ ਪੁਲਿਸ ਨੂੰ ਲੱਗੀ ਤਾਂ ਪੁਲਿਸ ਦੇ ਵੱਲੋਂ ਤਿੰਨੇ ਸਨੈਚਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਤਾਂ ਦੱਸ ਦਈਏ ਕਿ ਜਿਵੇਂ ਪੁਲਿਸ ਇਹਨਾਂ ਨੂੰ ਫੜ ਰਹੀ ਸੀ ਤਾਂ ਇਹ ਸਨੈਚਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਭੱਜਦੇ ਭੱਜਦੇ ਦੋ ਸਨੈਚਰਾਂ ਦੇ ਪੈਰ ਫ੍ਰੈਕਚਰ ਹੋ ਜਾਂਦੇ ਨੇ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਹਨਾਂ ਨੂੰ ਕਾਬੂ ਵੀ ਕਰ ਲਿਆ ਗਿਆ। ਤਾਂ ਇਹ ਤਸਵੀਰਾਂ ਨੇ ਵੇਖ ਸਕਦੇ ਹੋ ਕਿ ਕਿਵੇਂ ਇਹਨਾਂ ਦੇ ਹੌਸਲੇ ਬੁਲੰਦ ਨੇ। ਤਾਂ ਇਹਨਾਂ ਦੇ ਵੱਲੋਂ ਮਹਿਲਾ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਉਸਦੇ ਹੱਥ ਦੇ ਵਿੱਚ ਬੈਗ ਸੀ, ਤਾਂ ਬਾਈਕ ਤੇ ਸਵਾਰ ਸੀ ਇਹ ਦੋਨੋਂ ਸਨੈਚਰ। ਤੇ ਇਹਨਾਂ ਦੇ ਵੱਲੋਂ ਇਸ ਮਹਿਲਾ ਤੋਂ ਬੈਗ ਖੋਲਿਆ ਗਿਆ ਤੇ ਫਿਰ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਇਸ ਦੇ ਵਿੱਚ ਮਹਿਲਾ ਜ਼ਮੀਨ ਤੇ ਡਿੱਗਦੀ ਹੈ, ਜਿਸ ਕਰਕੇ ਉਸਦੇ ਸੱਟਾਂ ਵੀ ਲੱਗਦੀਆਂ ਨੇ। ਤਾਂ ਸੂਚਨਾ ਫਿਰ ਪੁਲਿਸ ਕੋਲ ਪਹੁੰਚਦੀ ਹੈ ਤੇ ਪੁਲਿਸ ਦੇ ਵੱਲੋਂ ਕਾਰਵਾਈ ਕਰਕੇ ਇਹਨਾਂ ਤਿੰਨੇ ਸਨੈਚਰਾਂ ਨੂੰ ਕਾਬੂ ਕਰ ਲਿਆ ਗਿਆ।